ਏਸ਼ੀਆ ਟੀਵੀ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਅਸੀਂ ਆਪਣੇ ਇਸ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਅਕਸਰ ਜ਼ਿਕਰ ਕਰਦੇ ਰਹਿੰਦੇ ਹਾਂ ਕਿ ਹੁਣ ਮਨੁੱਖ ਵਿੱਚ ਪਹਿਲਾਂ ਵਾਲੀ ਸਾਂਝ, ਪਿਆਰ, ਮੁਹੱਬਤ ਨਹੀਂ ਰਹਿ ਗਿਆ। ਅੱਜ ਬੰਦਾ ਆਪਣੇ ਨਿੱਜ ਤੱਕ ਸੀਮਿਤ ਹੋ ਕੇ ਰਹਿ ਗਿਆ ਹੈ। ਪਰ ਇਸ ਵਿੱਚ ਵੀ ਸ਼ੱਕ ਨਹੀਂ ਕਿ ਪੰਜਾਬ ਵਿੱਚ ਕਦੀ ਕਮਾਲ ਦੀ ਸਾਂਝ ਅਤੇ ਭਾਈਚਾਰਾ ਹੁੰਦਾ ਸੀ। ਜਿਉਂ ਜਿਉਂ ਨਵੀਂ ਸਿਆਸਤ ਅਤੇ ਪੈਸਾ, ਕਦਰਾਂ ਕੀਮਤਾਂ ਸਾਡੇ ਜੀਵਨ ਵਿੱਚ ਪ੍ਰਵੇਸ਼ ਕਰਦੇ ਰਹੀਆਂ, ਤਿਉਂ ਤਿਉਂ ਪਹਿਲਾਂ ਵਾਲਾ ਪਿਆਰ, ਸਾਂਝ ਅਤੇ ਭਾਈਚਾਰਾ ਤਿੜਕਣਾ ਸ਼ੁਰੂ ਹੋ ਗਿਆ। ਸਾਡੇ ਇੱਕ ਵੱਡੇ ਪੰਜਾਬੀ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਹੋਣਾ ਦੇਸ਼ ਦੀ ਵੰਡ ਤੋਂ ਪਹਿਲਾਂ ਦੇ ਸਾਂਝੇ ਪੰਜਾਬੀ ਜੀਵਨ ਅਤੇ ਹੌਲੀ ਹੌਲੀ ਇਸ ਸਾਂਝ ਦੇ ਟੁੱਟਣ ਅਤੇ ਤਿੜਕਣ ਦੀਆਂ ਬੜੀਆਂ ਹੀ ਖੂਬਸੂਰਤ ਕਹਾਣੀਆਂ ਲਿਖੀਆਂ ਨੇ ਜੀ। ਅੱਜ ਅਸੀਂ ਉਹਨਾਂ ਦੀ ਇੱਕ ਬਹੁਤ ਹੀ ਮਸ਼ਹੂਰ ਕਹਾਣੀ ਉਜਾੜ ਸੁਣਾ ਕੇ ਉਸ ਜੀਵਨ ਦੀ ਇੱਕ ਝਾਕੀ ਤੁਹਾਡੀਆਂ ਅੱਖਾਂ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਾਂਗੇ। ਲਓ ਜੀ, ਕਹਾਣੀ ਕੁਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ। ਆਲਾ ਸਿੰਘ ਹੁਣ ਬੁੱਢਾ ਹੋ ਗਿਆ ਸੀ, ਪਰ ਇੰਨਾ ਬੁੱਢਾ ਨਹੀਂ ਸੀ ਕਿ ਉਹ ਡਾਂਗ ਲੈ ਕੇ ਆਪਣੇ ਖਾਲ ਦੇ ਮੂੰਹ 'ਤੇ ਨਾ ਬੈਠ ਸਕਦਾ ਹੋਵੇ, ਆਪਣੀਆਂ ਪੈਲੀਆਂ ਦੁਆਰੇ ਫੇਰਾ ਨਾ ਮਾਰ ਸਕਦਾ ਹੋਵੇ, ਜਾਂ ਕਿਸੇ ਪਰੇ ਵਿੱਚ ਖੜਕਾ ਕੇ ਉਹ ਗੱਲ ਨਾ ਕਰ ਸਕਦਾ ਹੋਵੇ। ਉਸਦੇ ਮੂੰਹ 'ਤੇ ਕੋਈ ਝੁਰੜੀ ਨਹੀਂ ਸੀ ਦਿਸਦੀ, ਸਗੋਂ ਚਿੱਟੀ ਪਲਮ ਦੀ ਦਾੜੀ ਦੇ ਉੱਤੇ ਉਸਦੀਆਂ ਗੋਰੀਆਂ ਗੱਲਾਂ ਅਜੇ ਥੰਧਿਆਈ ਦੀ ਭਾਅ ਮਾਰਦੀਆਂ। ਉਸਦੀ ਨਜ਼ਰ ਪਹਿਲਾਂ ਤੋਂ ਵੀ ਤੇਜ਼ ਹੋ ਗਈ ਜਾਪਦੀ ਸੀ। ਅਜੇ ਅਗਲੇ ਦਿਨ ਉਹ ਅਤੇ ਉਹਦਾ ਨਿੱਕਾ ਪੁੱਤਰ ਆਪਣੀ ਭੁੱਲੀ ਹੋਈ ਗਾਂ ਲੱਭਣ ਚਲੇ ਗਏ ਅਤੇ ਆਲਾ ਸਿੰਘ ਨੇ ਆਪਣੇ ਮੁੰਡੇ ਤੋਂ ਪਹਿਲਾਂ ਹੀ ਦੂਰ ਚੁਗਦੀ ਗਾਂ ਵੇਖ ਕੇ ਪਛਾਣ ਲਈ ਸੀ। ਦੰਦਾਂ ਵਿੱਚ ਕੁਝ ਪੀੜ ਹੋਣ ਕਰਕੇ ਉਸਨੇ ਬਹੁਤ ਸਾਰੇ ਦੰਦ ਕਢਵਾ ਦਿੱਤੇ ਹੋਏ ਸੀ, ਪਰ ਇਸ ਨਾਲ ਉਸਦੇ ਚਿਹਰੇ ਦਾ ਰੌਬ ਨਹੀਂ ਸੀ ਵਿਗੜਿਆ। ਹਾਂ, ਦਾਲ ਸਲੂਣੇ ਬਿਨਾਂ ਉਹਨੂੰ ਰੋਟੀ ਥੋੜ੍ਹੀ ਜਿਹੀ ਔਖੀ ਲੱਗਦੀ ਸੀ ਅਤੇ ਹਰ ਸਲੂਣੇ ਵਿੱਚ ਉਹ ਤਰੀ ਜ਼ਰੂਰ ਚਾਹੁੰਦਾ ਹੁੰਦਾ ਸੀ। ਇੱਕ ਵਾਰੀ ਜਦੋਂ ਉਹਦੀ ਬੁੱਢੀ ਵਹੁਟੀ ਨੇ ਗੋਭੀ ਘਿਓ ਵਿੱਚ ਭੁੰਨ ਕੇ ਬਣਾ ਦਿੱਤੀ ਤਾਂ ਉਸ ਬੜਾ ਖਿੱਚ ਕੇ ਆਖਿਆ, ਗੋਭੀ ਠੀਕ ਬਣਾਈਏ ਤੂੰ, ਜਿਵੇਂ ਆਂਡੜੇ ਹੁੰਦੇ ਨੇ। ਗੰਨੇ ਅਤੇ ਬੇਰਾਂ ਦੇ ਸਵਾਦ ਤੋਂ ਹੁਣ ਉਹ ਵਾਂਝਾ ਹੋ ਗਿਆ ਸੀ ਅਤੇ ਦਾਣੇ ਚੱਬਣੇ ਉਸ ਲਈ ਅਸਲੋਂ ਹੀ ਅਸੰਭਵ ਸੀ। ਇਹਨਾਂ ਸਾਰੀਆਂ ਚੀਜ਼ਾਂ ਦੀ ਕਸਰ ਉਹ ਵੱਧ ਦੁੱਧ ਪੀ ਕੇ ਕੱਢ ਲੈਂਦਾ ਸੀ। ਸ਼ਾਇਦ ਇਸੇ ਦੁੱਧ ਦਾ ਸਦਕਾ ਹੀ ਸੀ ਕਿ ਜਦੋਂ ਕੋਈ ਕਾਮਾ ਹਲ ਖਿਲਾਰ ਕੇ ਪੈਲੀ ਦੀਆਂ ਗੁੱਠਾਂ ਗੋਡਣ ਲੱਗਦਾ ਤਾਂ ਆਲਾ ਸਿੰਘ ਖਲੋਤਾ ਹਲ ਆ ਫਿੱਕ ਕੇ ਤੋਰ ਲੈਂਦਾ। ਇਹਨਾਂ ਬੁੱਢੇ ਟੱਗਿਆਂ ਦੀ ਉਹ ਰਗ ਰਗ ਤੋਂ ਜਾਣੂ ਸੀ। ਇਸ ਧੌਲੇ ਟੱਗੇ ਦੀ ਮਾਂ ਦੀ ਮਾਂ ਉਸਦੇ ਪੁੱਤਰ ਦੇ ਦਾਜ ਵਿੱਚ ਆਈ ਸੀ ਅਤੇ ਉਸਦੇ ਘਰ ਆ ਕੇ 10 ਸੂਏ ਸੂਈ ਸੀ। ਉਹਨਾਂ 10 ਸੂਇਆਂ ਵਿੱਚ ਇੱਕ ਬੁੱਢੇ ਟੱਗੇ ਦੀ ਮਾਂ ਸੀ। ਨਿੱਕਾ ਹੁੰਦਾ ਇਹ ਧੌਲਾ ਟੱਗਾ ਬੜਾ ਸ਼ੈਤਾਨ ਸੀ। ਔਰ ਅੱਜ ਅਸੀਂ ਤੁਹਾਡੇ ਨਾਲ ਪ੍ਰਸਿੱਧ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਉਜਾੜ ਸਾਂਝੀ ਕਰ ਰਹੇ ਹਾਂ ਅਤੇ ਸਰੰਗ ਤੋਂ ਪਹਿਲਾਂ ਅਸੀਂ ਉਸ ਬੁੱਢੇ ਟੱਗੇ ਦੀ ਗੱਲ ਕਰ ਰਹੇ ਹਾਂ ਜੋ ਕਦੀ ਨਿੱਕਾ ਬੱਚਾ ਹੋਣ ਸਮੇਂ ਬੜਾ ਸ਼ੈਤਾਨ ਹੁੰਦਾ ਸੀ। ਜਦੋਂ ਆਲਾ ਸਿੰਘ ਇਸ ਨੂੰ ਖੋਲ੍ਹ ਕੇ ਗਾਂ ਹੇਠ ਛੱਡਦਾ ਤਾਂ ਇਹ ਗਾਂ ਵੱਲ ਐਡੀ ਜ਼ੋਰ ਦੀ ਭੱਜਦਾ ਕਿ ਇਸ ਤੋਂ ਗਾਂ ਦੇ ਕੋਲ ਆਪਣੇ ਆਪ ਨੂੰ ਠੱਲਿਆ ਨਾ ਜਾਂਦਾ ਅਤੇ ਇਹ ਗਾਂ ਦੇ ਹੇਠ ਪੈਣ ਦੀ ਥਾਂ ਉਸ ਕੋਲੋਂ ਗਾਂ ਲੰਘ ਜਾਂਦਾ ਅਤੇ ਫਿਰ ਮੁੜ ਕੇ ਆਉਂਦਾ। ਗਾਂ ਚੁੰਘਦੇ ਨੂੰ ਬੰਨਣ ਲੱਗਿਆਂ ਪੈਰ ਮਿਲ ਦਿੰਦਾ ਅਤੇ ਕਦੀ ਕਦੀ ਗੁੱਸੇ ਵਿੱਚ ਬੰਨ ਕੇ ਪਿਛਾਂ ਹੱਟ ਲੱਗਿਆਂ ਨੂੰ ਸਿਰ ਵੀ ਮਾਰਦਾ। ਇਸ ਦੀ ਉਮਰ ਦੇ ਦੂਜੇ ਵਰੇ ਜਦੋਂ ਸਾਰੇ ਡੰਗਰ ਚੁਗਣ ਲਈ ਛਿੜਦੇ ਤਾਂ ਇਹ ਵੈੜਕਾ ਖੁਰਲੀ 'ਤੇ ਹੀ ਬੱਜਾ ਰਹਿੰਦਾ। ਖੁੱਲਿਆ ਹੋਇਆ ਇਹ ਕਾਬੂ ਨਹੀਂ ਸੀ ਆਉਂਦਾ। ਇੱਕ ਵੇਰ ਇਹ ਰੱਸਾ ਤੁੜਾ ਕੇ ਖੁੱਲ੍ਹ ਗਿਆ ਅਤੇ ਅੰਨੇ ਵਾਹ ਬੜੀ ਦੂਰ ਭੱਜ ਗਿਆ। ਮਸਾਂ ਮਸਾਂ ਆਲਾ ਸਿੰਘ ਦੇ ਪੁੱਤਰ ਨੇ ਘੋੜੀ 'ਤੇ ਚੜ੍ਹ ਕੇ ਇਸ ਨੂੰ ਵਿਹੜ ਕੇ ਲੈ ਕੇ ਆਉਂਦਾ ਅਤੇ ਕਈ ਜਾਣਿਆਂ ਰਲ ਕੇ ਫੜਿਆ ਅਤੇ ਤੀਜੇ ਵਰੇ ਇਸ ਨੇ ਬੱਧੇ ਬੱਧੇ ਹੀ ਇੱਕ ਮੱਝ ਤਰੜ ਦਿੱਤੀ ਅਤੇ ਆਲਾ ਸਿੰਘ ਮੱਝ ਨੂੰ ਬਿਮਾਰ ਹੋਣ ਤੋਂ ਬਚਾਉਣ ਲਈ ਉਸਦੇ ਪਿੰਡੇ 'ਤੇ ਚੀਕਨੀ ਮਿੱਟੀ ਮਲਣੀ ਪਈ ਸੀ। ਅਤੇ ਚੌਥੇ ਵਰੇ ਜਦੋਂ ਇਸ ਦੇ ਗਲ ਘੁੰਗਰੂਆਂ ਦਾ ਹਾਰ ਪਾ ਕੇ ਮੋਰਲੇ ਫਲੇ ਜੁੱਤਾ ਤਾਂ ਕਈ ਮੰਗਣ ਵਾਲੇ ਬਾਜ਼ੀਗਰ ਅਤੇ ਬਾਜ਼ੀਗਰਨੀਆਂ ਇਸ ਦੀਆਂ ਲੰਬੀਆਂ ਲੰਬੀਆਂ ਪਲਾਂਘਾਂ ਅਤੇ ਘੁੱਟਵੇ ਜੁੱਸੇ ਦੀਆਂ ਸਿਫਤਾਂ ਕਰਦੇ ਅਤੇ ਇਸ ਦੇ ਗਲ ਕੌਡੀਆਂ ਅਤੇ ਮਣਕਿਆਂ ਦੀਆਂ ਕਾਠੀਆਂ ਪਾ ਕੇ ਆਲਾ ਸਿੰਘ ਤੋਂ ਕਣਕ ਦੀਆਂ ਭਰੀਆਂ ਲੈ ਜਾਂਦੇ। ਹਲੀ ਜੁੱਤੇ ਦੀ ਨੱਥ ਆਲਾ ਸਿੰਘ ਪਿਛਾਂ ਉਹਨੂੰ ਫੜੀ ਰੱਖਦਾ, ਨਹੀਂ ਤਾਂ ਇਹ ਆਪਣੇ ਹੇਠਲੇ ਟੱਗੇ ਨੂੰ ਸਿੱਧਾ ਨਹੀਂ ਸੀ ਹੁਣ ਦਿੱਤਾ। ਪਰ ਹੁਣ ਤਾਂ ਨੱਥ ਛੱਡ ਕੇ ਇਸ ਦੇ ਗਲ ਰੱਸੇ ਦੀ ਲੋੜ ਨਹੀਂ ਸੀ। ਇਹ ਧੌਲਾ ਟੱਗਾ ਤਾਂ ਆਪਣੀ ਹੋਂਦ ਤੋਂ ਵੀ ਮੁਨਕਰ ਸੀ, ਜਿੱਥੇ ਜੋਈਏ ਬਿਨਾਂ ਅੜੀ ਦੇ ਚੁੱਪ ਜਾਂਦਾ। ਗੱਡੇ ਉੱਤੇ ਭਾਵੇਂ ਕੋਈ ਆਦਮੀ ਨਾ ਵੀ ਹੋਵੇ, ਸਿੱਧਾ ਘਰ ਲੈ ਆਉਂਦਾ, ਓੜ ਅਸਲੋਂ ਸਿੱਧੀ ਕੱਢਦਾ। ਇਸ ਦੀਆਂ ਕੋਈ ਵੱਖਰੀਆਂ ਆਦਤਾਂ ਨਹੀਂ ਸਨ, ਨਾ ਕੋਈ ਖਰਾਬੀਆਂ, ਨਾ ਇਸ ਦੀਆਂ ਕੋਈ ਖਾਹਿਸ਼ਾਂ ਸਨ ਅਤੇ ਉਹਨਾਂ 'ਤੇ ਪੂਰਾ ਉਤਰਨ ਦਾ ਕੋਈ ਯਤਨ। ਇਹ ਕੇਵਲ ਪੱਠੇ ਖਾਂਦਾ, ਸਾਹ ਲੈਂਦਾ ਅਤੇ ਜੁੱਲੇ ਹੇਠ ਚੁੱਪਦਾ। ਕੋਈ 15 ਵਰੇ ਪਹਿਲਾਂ ਇਹ ਧੌਲਾ ਵੈੜਕਿਆਂ ਅਤੇ ਆਲਾ ਸਿੰਘ ਦੋਵੇਂ ਜਿਉਂਦੇ ਸੀ, ਪਰ ਹੁਣ ਇਕੱਲਾ ਆਲਾ ਸਿੰਘ ਹੀ ਸੀ, ਸਮਝੋ ਜਿਉਂਦਾ ਸੀ।
ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਅਸੀਂ ਉਸ ਬੁੱਢੇ ਢੱਗੇ ਦੀ ਗੱਲ ਕਰ ਰਹੇ ਸੀ ਜੋ 15 ਵਰੇ ਪਹਿਲਾਂ ਬੜਾ ਸੋਹਣਾ ਤੇਜ਼ ਵਗਣ ਵਾਲਾ ਜਾਨਦਾਰ ਵੈੜਕਾ ਸੀ, ਪਰ ਹੁਣ ਉਹਦੀ ਉਹ ਜਵਾਨੀ ਨਹੀਂ ਸੀ ਰਹੀ। ਕੋਈ 15 ਵਰੇ ਪਹਿਲਾਂ ਇਹ ਧੌਲਾ ਵੈੜਕਾ ਅਤੇ ਆਲਾ ਸਿੰਘ ਦੋਵੇਂ ਜਿਉਂਦੇ ਸੀ, ਪਰ ਹੁਣ ਇਕੱਲਾ ਆਲਾ ਸਿੰਘ ਹੀ ਸਮਝੋ ਜਿਉਂਦਾ ਸੀ। ਹਾਂ, ਆਲਾ ਸਿੰਘ ਬੁੱਢਾ ਹੋ ਕੇ ਵੀ ਅਜੇ ਜਿਉਂਦਾ ਸੀ। ਉਸਦੇ ਜਿਉਂਦੇ ਹੋਣ ਦਾ ਨਿਸ਼ਚਾ ਕੇਵਲ ਡਾਕਟਰਾਂ ਨੂੰ ਨਹੀਂ ਸੀ, ਸਗੋਂ ਸਾਰਿਆਂ ਨੂੰ, ਘਰਦਿਆਂ ਨੂੰ, ਪਿੰਡ ਵਾਲਿਆਂ ਨੂੰ ਅਤੇ ਕੋਲ ਦੇ ਪਿੰਡ ਵਾਲਿਆਂ ਨੂੰ ਵੀ ਸੀ। ਇਹਨਾਂ ਸਾਰਿਆਂ ਲਈ ਉਹ ਅਜੇ ਜਿਉਂਦਾ ਸੀ। ਸਾਰੇ ਉਸਦੀ ਸੁੱਖ ਸਾਂਦ ਪੁੱਛਦੇ ਅਤੇ ਉਸਦੇ ਬਾਬਤ ਗੱਲਾਂ ਬੜੇ ਧਿਆਨ ਨਾਲ ਸੁਣਦੇ। ਆਪਣੇ ਦੁਆਲੇ ਦੇ ਪਿੰਡਾਂ ਦੀ ਤਾਂ ਉਹ ਮਾਨੋ ਹਵਾ ਵਿੱਚ ਉੱਕ ਰਿਹਾ ਹੋਇਆ ਸੀ। ਕੋਈ ਸੋਝੀ ਵਾਲਾ ਰਾਹੀ ਜਾਂ ਪ੍ਰਾਹੁਣਾ ਵੀ ਉਸਦੇ ਨਾਂ ਤੋਂ ਜਾਣੂ ਹੋਏ ਬਿਨਾਂ ਨਹੀਂ ਸੀ ਰਹਿ ਸਕਦਾ। ਕਈ ਵਰਿਆਂ ਤੋਂ ਆਲਾ ਸਿੰਘ ਇਸੇ ਤਰ੍ਹਾਂ ਹੀ ਜੀਉ ਰਿਹਾ ਸੀ। ਪਹਿਲੇ ਵਰਿਆਂ ਵਿੱਚ ਤਾਂ ਇਹ ਜੀਵਨ ਟੂਰ ਹੋਰ ਵੀ ਤਿੱਖੀ ਸੀ। ਉਸਦਾ ਸਰੀਰ ਇੰਨਾ ਵੱਡਾ ਅਤੇ ਤਕੜਾ ਸੀ ਕਿ ਨੇੜੇ ਨੇੜੇ ਦੇ ਪਿੰਡਾਂ ਵਿੱਚ ਉਸਦੇ ਮੇਚ ਦਾ ਕੋਈ ਬੰਦਾ ਨਹੀਂ ਸੀ। ਇੱਕ ਵਾਰ ਜਦੋਂ ਅੰਮ੍ਰਿਤਸਰ ਦੀ ਮੱਸਿਆ 'ਤੇ ਉਸਦਾ ਕੜਾ ਪਾਉਣ ਨੂੰ ਜੀ ਕੀਤਾ ਤਾਂ ਸਾਰੇ ਅੰਮ੍ਰਿਤਸਰ ਵਿੱਚ ਉਸਦੀ ਵੀਣੀ 'ਤੇ ਕੋਈ ਕੜਾ ਪੂਰਾ ਨਹੀਂ ਸੀ ਆਇਆ। ਨਹਿਰਾਂ ਆਉਣ 'ਤੇ ਉਸ ਡੰਗਰ ਛੱਡ ਕੇ ਆਪਣੇ ਪੁਰਾਣੇ ਪਿੰਡ ਤੋਂ 5-6 ਕੋਹ ਦੂਰ ਆਪਣੀ ਭੋਂ ਵਿੱਚ ਆਪਣੇ ਨਵੇਂ ਪਿੰਡ ਦੀ ਨੀਂਹ ਰੱਖੀ ਸੀ। ਉਸ ਨੂੰ ਮੁਨਸਫ ਮੰਨ ਕੇ ਸਾਰੇ ਪਿੰਡ ਨੇ ਆਪਣੇ ਘਰਾਂ ਲਈ ਹਾਤੇ ਵੰਡੇ ਸੀ। ਉਸਦੇ ਜ਼ੋਰ ਦੇਣ 'ਤੇ ਕੰਮੀਆਂ ਨੂੰ ਵੀ ਘਰ ਛੱਡਣ ਲਈ ਹਾਤੇ ਮਿਲ ਗਏ ਸੀ। ਕੋਲ ਦੇ ਕਿਸੇ ਪਿੰਡ ਵਿੱਚ ਕੰਮੀਆਂ ਦੀ ਕੋਈ ਆਪਣੀ ਥਾਂ ਨਹੀਂ ਸੀ। ਉਸਨੇ ਹੀ ਸਾਰੇ ਪਿੰਡ ਨੂੰ ਉੱਦਮ ਦੇ ਕੇ ਸਾਂਝਾ ਖੂਹ ਲਵਾਇਆ ਸੀ ਅਤੇ ਪਿੰਡ ਦੇ ਛੱਪੜ ਦੇ ਪਾਣੀਆਂ ਤੋਂ ਖਲਾਸੀ ਕਰਵਾਈ ਸੀ। ਇੱਕ ਵੱਡੇ ਅਫਸਰ ਨੂੰ ਮਿਲ ਕੇ ਉਸ ਪਿੰਡ ਵਿੱਚ ਇੱਕ ਡਾਕਖਾਨਾ ਵੀ ਖੁਲਵਾ ਲਿਆ ਸੀ। ਇਸ ਨੂੰ ਉਹ ਆਪਣੇ ਰਸੂਖ ਦਾ ਸਿਖਰ ਸਮਝਦਾ ਸੀ। ਆਪਣੇ ਸਾਲਿਆਂ ਨੂੰ ਉਹ ਬੜਾ ਤਿੜਕੇ ਕਹਿੰਦਾ ਕਿ ਤੁਹਾਡਾ ਕਾਟ 'ਤੇ ਸਾਨੂੰ ਝੱਟ ਆ ਕੇ ਮਿਲਦਾ ਹੈ, ਸਾਡਾ ਕਾਟ ਹੀ ਕਿਧਰੇ ਭੋਰੇ ਵਿੱਚ ਪੈ ਜਾਂਦਾ ਹੈ। ਨਾਲ ਦੇ ਪਿੰਡ ਵਿੱਚ ਇੱਕ ਬੜਾ ਵੱਡਾ ਮੁਸਲਮਾਨ ਜ਼ਿਮੀਦਾਰ ਸੀ ਜਿਸ ਨੂੰ ਮਲਕ ਸਾਹਿਬ ਆਖਦੇ ਸੀ। ਹਰ ਐਤਵਾਰ ਉਸਨੂੰ ਲਾਹੌਰੋਂ ਅਖਬਾਰ ਆਉਂਦੀ। ਉਸਦੇ ਆਪਣੇ ਪਿੰਡ ਵਿੱਚ ਡਾਕਖਾਨਾ ਨਾ ਹੋਣ ਕਰਕੇ ਡਾਕੀਏ ਦੇ ਫੇਰੇ ਤੱਕ ਅਖਬਾਰ ਆਲਾ ਸਿੰਘ ਦੇ ਪਿੰਡ ਵਿੱਚ ਹੀ ਪਈ ਰਹਿੰਦੀ। ਇਸ ਉਡੀਕ ਤੋਂ ਬਚਣ ਲਈ ਮਲਕ ਹੁਣਾ ਆਪਣਾ ਨੌਕਰ ਘੋੜੀ 'ਤੇ ਆਲਾ ਸਿੰਘ ਦੇ ਪਿੰਡ ਘੱਲਣਾ ਆਰੰਭ ਕਰ ਦਿੱਤਾ। ਨੌਕਰ ਦੇ ਫੇਰਿਆਂ ਵਿੱਚ ਆਲਾ ਸਿੰਘ ਨੂੰ ਮਲਕ 'ਤੇ ਆਪਣੀ ਜਿੱਤ ਲੁਕੀ ਹੋਈ ਦਿਸਦੀ ਸੀ। ਇੰਨਾ ਵੱਡਾ ਮਲਕ ਹੋ ਕੇ ਵੀ ਡਾਕਖਾਨਾ ਨਹੀਂ ਸੀ ਲਵਾ ਸਕਦਾ। ਜਦੋਂ ਵੀ ਉਹ ਨੌਕਰ ਨੂੰ ਵੇਖਦਾ ਤਾਂ ਜ਼ਰੂਰ ਪੁੱਛਦਾ, ਅੱਜ ਨਵਾਬ ਕਿੱਧਰ ਸਵਾਰ ਹੋਇਆ ਹੈ? ਤਾਂ ਅੱਗੋਂ ਨੌਕਰ ਕਹਿੰਦਾ, ਕਿੱਧਰ ਨਹੀਂ ਜੀ, ਆਹ ਮਲਕ ਹੁਣਾਂ ਦੀ ਅਖਬਾਰ ਲੈਣ ਚੱਲਿਆ ਹੈ। ਨਵਾਬ ਉਸਦਾ ਜਵਾਬ ਦਿੰਦਾ ਤਾਂ ਆਲਾ ਸਿੰਘ ਪੋਲੇ ਮੂੰਹ ਨਾਲ ਆਖ ਦਿੰਦਾ, ਅੱਛਾ ਅੱਜ ਐਤਵਾਰ ਹੋਣਾ ਹੈ ਨਾ ਫਿਰ? ਪਰ ਆਪਣੇ ਆਪ ਨੂੰ ਕਹਿ ਰਿਹਾ ਹੁੰਦਾ, ਆਲਾ ਸਿਆਂ ਤੂੰ ਬੜਾ ਬੰਦਾ ਹੈ ਜਿਸ ਡਾਕਖਾਨਾ ਲਵਾ ਲਿਆ ਹੈ, ਵੇਖ ਕਿੱਡੇ ਕਿੱਡੇ ਵੱਡੇ ਬੰਦੇ ਛਿੱਕੇ ਟੰਗੇ ਹੋਏ ਨੇ। ਕੁਲਵੰਤ ਸਿੰਘ ਵਿਰਕ ਹੁਣਾਂ ਦੀ ਕਹਾਣੀ ਉਜਾੜ ਸਾਂਝੀ ਕਰ ਰਿਹਾ ਹੈ। ਬਾਹਰ ਦੇ ਇਲਾਕੇ ਵਿੱਚ ਵਸਾਏ ਆਲਾ ਸਿੰਘ ਦੇ ਪਿੰਡ ਦੇ ਨੇੜੇ ਹੀ ਆਬਾਦੀ ਵਿੱਚ ਦੂਜੇ ਜ਼ਿਲ੍ਹਿਆਂ ਤੋਂ ਆਏ ਆਬਾਦਕਾਰ ਵਸੇ ਹੋਏ ਸੀ। ਇਹਨਾਂ ਨੂੰ ਤਾਂ ਆਲਾ ਸਿੰਘ ਆਦਮੀ ਨਹੀਂ ਸੀ ਸਮਝਦਾ। ਇਹ ਸਾਰੇ ਆ ਕੇ ਉਸਦੀ ਪਵਾਂਦੀ ਬਹਿੰਦੇ। ਉਹਨਾਂ ਦੀਆਂ ਗਵਾਚੀਆਂ ਮੱਝੀ ਉਸ ਕੋਲ ਦੇ ਜਾਗਲੀਆਂ ਦਿਆਂ ਪਿੰਡਿਆਂ ਵਿੱਚੋਂ ਮੜਵਾ ਦਿੰਦੇ, ਪਰ ਕਈ ਵਾਰੀ ਉਹ ਆਪ ਕੁਝ ਭਰਾਵਾਂ ਨੂੰ ਨਾਲ ਲੈ ਕੇ ਧੱਕੋ ਧੱਕੀ ਉਹਨਾਂ ਦੀਆਂ ਪੱਕੀਆਂ ਹੋਈਆਂ ਕਣਕਾਂ ਵੱਢ ਕੇ ਗੱਡਿਆਂ 'ਤੇ ਲੱਦ ਲਿਆਉਂਦਾ ਸੀ। ਆਲਾ ਸਿੰਘ ਨੂੰ ਸ਼ਿਕਾਇਤ ਨਾ ਕਰਨ ਦਾ ਆਬਾਦਕਾਰਾਂ ਨੂੰ ਲਾਭ ਜ਼ਰੂਰ ਮਿਲਦਾ। ਉਹਨਾਂ ਦੇ ਡੰਗਰ ਘੱਟ ਚੋਰੀ ਹੁੰਦੇ। ਉਹਨਾਂ ਦੀਆਂ ਸਰਵਾਂ ਅਤੇ ਕਣਕਾਂ ਵਿੱਚ ਰਾਤੀ ਜਾਂਗਲੀ ਆਪਣੀਆਂ ਮੱਝੀਆਂ ਨਾ ਚਾਰਦੇ ਅਤੇ ਉਹਨਾਂ ਦੀਆਂ ਕੁੱਲੀਆਂ ਵਿੱਚ ਸੰਨਾਂ ਘੱਟ ਲੱਗਦੀਆਂ। ਆਪਣੇ ਪਿੰਡ ਦੇ ਸਾਰੇ ਰੰਡੇ ਕੁਵਾਰੇ ਕੰਮੀ ਆਲਾ ਸਿੰਘ ਦੇ ਇਹਨਾਂ ਪਿੰਡਾਂ ਵਿੱਚ ਵਿਆਹ ਲਏ ਸੀ। ਆਏ ਗਏ ਦੀ ਸੇਵਾ ਵਿੱਚ ਆਲਾ ਸਿੰਘ ਸਭ ਤੋਂ ਅੱਗੇ ਸੀ। ਖੁਰਿਆਂ ਪਿੱਛੇ ਭੱਜਦੀਆਂ ਵਾਰਾਂ ਨੂੰ ਉਹ ਰੋਟੀ ਖਵਾਉਂਦਾ। ਇੱਕ ਵਾਰ ਅਕਾਲੀਆਂ ਦੇ ਇੱਕ ਜਥੇ ਨੂੰ ਰੋਟੀ ਖਵਾਉਣ ਬਦਲੇ ਕਈ ਰਾਤਾਂ ਉਸਨੂੰ ਹਵਾਲਾਤ ਵਿੱਚ ਕੱਟਣੀਆਂ ਪਈਆਂ ਸੀ। ਆਲਾ ਸਿੰਘ ਬਾਰੇ ਇੱਕ ਕਹਾਣੀ ਬਾਰੇ ਬੜੀ ਪ੍ਰਸਿੱਧ ਸੀ। ਕਹਿੰਦੇ ਇੱਕ ਸ਼ਾਮ ਉਹ ਘੋੜੀ 'ਤੇ ਚੜ੍ਹ ਕੇ ਮੰਡੀਓਂ ਘਰ ਆ ਰਿਹਾ ਸੀ। ਉਸੇ ਰਾਤ ਇੱਕ ਨਵਾਂ ਵਿਆਹਿਆ ਜੋੜਾ ਸੜਕ ਸਵਾਰ ਸੀ। ਛੋਰਾ, ਕਿੱਥੇ ਜਾਊਂ ਹੈ? ਆਲਾ ਸਿੰਘ ਨੇ ਮੁੰਡੇ ਤੋਂ ਪੁੱਛਿਆ। ਬਲਹੀਕੀ ਜਾਊਂਗਾ ਆਪਣੇ ਸਹੁਰੇ। ਬਹਾਲਕੀ? ਬਹਾਲਕੀ ਤਾਂ ਆਲਾ ਸਿੰਘ ਦਾ ਪਿੰਡ ਸੀ। ਕਿਹਦੇ ਘਰ? ਵੀਰੂ ਹਸਾਈ ਦੇ। ਆਲਾ ਸਿੰਘ ਆਪ ਘੋੜੀ ਤੋਂ ਉੱਤਰ ਬੈਠਾ
ਅਤੇ ਉਹਨਾਂ ਨੂੰ ਉੱਤੇ ਬਿਠਾ ਦਿੱਤਾ। ਰਾਤ ਨੂੰ ਜਦੋਂ ਉਹ ਈਸਾਈ ਘੋੜੀ ਆਲਾ ਸਿੰਘ ਦੇ ਘਰ ਬੰਨਣ ਆਇਆ ਤਾਂ ਉਸ ਲੈਣੋ ਨਾ ਕਰ ਦਿੱਤੀ। ਨਹੀਂ ਭਾਈ ਵੀਰੂ, ਜਦੋਂ ਮੇਰੀ ਧੀ ਸਹੁਰੇ ਜਾਏ ਤਾਂ ਇੱਥੇ ਚੜ੍ਹ ਕੇ ਜਾਏ, ਅਤੇ ਜਦੋਂ ਆਏ ਤਾਂ ਇੱਥੇ ਹੀ ਚੜ੍ਹ ਕੇ ਆਵੇਗੀ। ਪਰ ਹੁਣ ਤਾਂ ਪਿੰਡ ਵਿੱਚ ਹਵਾ ਹੀ ਕੁਝ ਪੁੱਠੀ ਜਿਹੀ ਵਗੀ ਸੀ। ਉਸਦੇ ਆਪਣੇ ਉੱਦਮ ਨਾਲ ਛਿਤਾਏ ਹੋਏ ਸਾਂਝੇ ਟੱਪ ਹੇਠ ਕਾਵਾਂ ਰੌਲੀ ਜਿਹੀ ਪੈਂਦੀ ਰਹਿੰਦੀ। ਕੁਝ ਮੁੰਡੇ ਉਸਦੇ ਬੈਠਿਆਂ ਹੀ ਤਾਸ਼ ਖੇਡਦੇ ਰਹਿੰਦੇ ਅਤੇ ਆਪਸ ਵਿੱਚ ਲੜਦੇ ਝਗੜਦੇ ਰਹਿੰਦੇ, ਜਾਂ ਕੋਈ ਪਾੜਾ ਅਖਬਾਰ ਲੈ ਕੇ ਬਹਿ ਜਾਂਦਾ ਅਤੇ ਪਰਲ ਪਰਲ ਖਬਰਾਂ ਹੀ ਸੁਣਾਉਂਦਾ ਰਹਿੰਦਾ। ਉਹਨਾਂ ਚਿਰ ਹੋਰ ਕੋਈ ਗੱਲਬਾਤ ਨਾ ਹੋ ਸਕਦੀ, ਕਿਉਂਕਿ ਜੋ ਸਾਰੇ ਲੋਕਾਂ ਦਾ ਧਿਆਨ ਅਖਬਾਰ ਸੁਣਨ ਵੱਲ ਹੀ ਹੁੰਦਾ। ਪਤਾ ਨਹੀਂ ਕਿਉਂ ਆਲਾ ਸਿੰਘ ਨੂੰ ਅਖਬਾਰ ਦੀ ਦੂਜਿਆਂ ਨਾਲੋਂ ਘੱਟ ਸਮਝ ਆਉਂਦੀ ਅਤੇ ਉਹ ਇਸ ਬਾਰੇ ਕਦੇ ਕੋਈ ਸੁਆਦਲੀ ਗੱਲ ਨਾ ਕਰ ਸਕਦਾ। ਇੱਕ ਵਾਰੀ ਖਿੱਚ ਕੇ ਉਹ ਆਖਦਾ, ਇਹ ਸਭ ਕੁਝ ਝੂਠ ਹੈ, ਉਹ ਕੂੜ ਥੱਪ ਕੇ ਇੱਥੇ ਘੱਲ ਦਿੰਦੇ ਨੇ, ਉਹਨਾਂ ਨੂੰ ਸਾਰੀਆਂ ਗੱਲਾਂ ਦਾ ਭਲਾ ਕਿਵੇਂ ਪਤਾ ਲੱਗ ਜਾਂਦਾ ਹੈ। ਪਰ ਕਿਸੇ ਨੇ ਇਸ ਗੱਲ ਦਾ ਰਤੀ ਅਸਰ ਨਾ ਹੋਇਆ। ਸਭ ਕੁਝ ਝੂਠ ਕਿਸ ਤਰ੍ਹਾਂ ਹੋ ਸਕਦਾ ਸੀ? ਜਦੋਂ ਲੜਾਈ ਲੱਗਣ ਦੀ ਖਬਰ ਆਈ ਤਾਂ ਸਭ ਕੁਝ ਮਹਿੰਗਾ ਹੋਣ ਲੱਗ ਪਿਆ। ਲੀਡਰ ਕੈਦ ਹੋ ਗਏ ਅਤੇ ਉਹਨਾਂ ਦੇ ਕਿਧਰੇ ਜਾਣ ਆਉਣ ਦੀ ਕੋਈ ਖਬਰ ਨਹੀਂ ਸੀ ਆਉਂਦੀ। ਅੰਗਰੇਜ਼ ਦੀ ਜਿੱਤ ਦੀਆਂ ਖਬਰਾਂ ਆਉਣ ਲੱਗੀਆਂ ਤਾਂ ਲੀਡਰ ਛੱਡ ਦਿੱਤੇ ਗਏ। ਜਦੋਂ ਲੜਾਈ ਹਟਣ ਦੀ ਖਬਰ ਆਈ ਤਾਂ ਕੋਈ ਨਹੀਂ ਸੀ ਕਹਿੰਦਾ ਕਿ ਲੜਾਈ ਅਜੇ ਨਹੀਂ ਹਟੀ, ਪਰ ਆਲਾ ਸਿੰਘ ਲਈ ਇਹ ਸਭ ਕੁਝ ਝੂਠ ਸੀ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਅੱਜ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਅਸੀਂ ਕੁਲਵੰਤ ਸਿੰਘ ਵਿਰਕ ਸਾਹਿਬ ਦੀ ਕਹਾਣੀ ਉਜਾੜ ਦੇ ਪਾਤਰ ਆਲਾ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ। ਉਹਨੂੰ ਲੱਗਦਾ ਸੀ ਕਿ ਸਾਂਝੇ ਟੱਪ ਥੱਲੇ ਅਖਬਾਰਾਂ ਦਾ ਝੂਠ ਦਾ ਹੀ ਪ੍ਰਚਾਰ ਹੋਣਾ ਸੀ, ਤਾਂ ਕਿਉਂ ਨਾ ਗੁਰਦੁਆਰੇ ਦੇ ਭਾਈ ਹੁਣੀ ਇੱਥੇ ਆ ਕੇ ਪੰਥ ਪ੍ਰਕਾਸ਼ ਜਾਂ ਰਾਜ ਖਾਲਸਾ ਪੜ੍ਹਿਆ ਕਰਨ। ਜਦੋਂ ਭਾਈ ਹੁਣੀ ਰਾਗ ਨਾਲ ਰਾਜ ਖਾਲਸਾ ਪੜ੍ਹਦੇ ਤਾਂ ਕਿਤੋਂ ਕਿਤੋਂ ਮਤਲਬ ਸਮਝਾਉਂਦੇ ਤਾਂ ਟੱਪ ਥੱਲੇ ਅਮਨ ਹੋ ਜਾਂਦਾ। ਸਾਰੇ ਲੋਕਾਂ ਦੀਆਂ ਚਿਤਰਾਈਆਂ ਅਤੇ ਡੂੰਘੀਆਂ ਵਿਚਾਰਾਂ ਨੂੰ ਲਗਾਮ ਮਿਲ ਜਾਂਦੀ ਅਤੇ ਹਰ ਪਾਸੇ ਚੁੱਪ ਹੋ ਜਾਂਦੀ। ਆਲਾ ਸਿੰਘ ਦੇ ਭਾਰੇ ਅਤੇ ਸਤਿਕਾਰੇ ਹੋਏ ਸਰੀਰ ਦਾ ਰੋਬ ਇਸ ਤਰ੍ਹਾਂ ਪੈਂਦਾ ਹੋਇਆ ਖਲਾਅ ਵਿੱਚ ਛਾ ਜਾਂਦਾ ਅਤੇ ਉਸਦੇ ਮਨ ਨੂੰ ਸ਼ਾਂਤੀ ਮਿਲਦੀ। ਇਸ ਮਿੱਠੇ ਜਿਹੇ ਵਾਯੂਮੰਡਲ ਦਾ ਇਮਤਿਹਾਨ ਲੈਣ ਲਈ ਉਹ ਕਦੀ ਕਦੀ ਕੁਝ ਬੋਲਦਾ, ਭਾਈ ਜੀ ਇੱਥੋਂ ਜ਼ਰਾ ਸਹਿਜ ਨਾਲ ਪੜ੍ਹੋ, ਭਾਈ ਜੀ ਇਹਦਾ ਮਤਲਬ ਜ਼ਰਾ ਸਮਝਾਇਓ ਜੇ। ਧੰਨ ਸਿੱਖ ਸਨ ਜੀ ਉਹ, ਪਰ ਮਾਰਸ਼ਲ ਲਾ ਵਾਂਗ ਇਹ ਭਾਈ ਹੁਣਾਂ ਵਾਲਾ ਹਥਿਆਰ ਵੀ ਕਦੀ ਕਦੀ ਹੀ ਵਰਤਿਆ ਜਾ ਸਕਦਾ ਸੀ, ਹਰ ਰੋਜ਼ ਨਹੀਂ। ਕਦੇ ਕਦੇ ਟੱਪ ਥੱਲੇ ਬਹਿਸਾਂ ਹੁੰਦੀਆਂ, ਗਰਮ ਗਰਮ ਬਹਿਸਾਂ, ਅਕਾਲੀਆਂ ਦੀਆਂ, ਕਾਂਗਰਸਾਂ ਦੀਆਂ, ਕਮਿਊਨਿਸਟਾਂ ਦੀਆਂ। ਬਹਿਸ ਕਰਨ ਵਾਲੇ ਜੋਸ਼ ਵਿੱਚ ਆ ਜਾਂਦੇ, ਜਿਵੇਂ ਕੋਈ ਉਹਨਾਂ ਦੇ ਘਰ 'ਤੇ ਵਾਰ ਕਰ ਰਿਹਾ ਹੁੰਦਾ। ਆਲਾ ਸਿੰਘ ਜਾਣਦਾ ਸੀ ਕਿ ਅਕਾਲੀ ਸਿੱਖ ਪੰਥ ਦੀ ਉੱਨਤੀ ਚਾਹੁੰਦੇ ਸੀ, ਕਾਂਗਰਸੀ ਦੇਸ਼ ਦੀ ਆਜ਼ਾਦੀ ਅਤੇ ਕਮਿਊਨਿਸਟ ਸਭ ਕੁਝ ਇੱਕ ਕਰਨਾ ਚਾਹੁੰਦੇ ਸੀ, ਪਰ ਇਸ ਤੋਂ ਵਧੇਰੇ ਉਹ ਇਹਨਾਂ ਬਾਰੇ ਕੁਝ ਨਹੀਂ ਸੀ ਕਹਿ ਸਕਦਾ। ਉਹ ਮੱਸਿਆ ਅਤੇ ਸੱਜੇ ਰਾਹ ਸੀ ਦੀਵਾਨਾਂ ਵਿੱਚ ਬੈਠਾ ਸੀ, ਉਹਨਾਂ ਦੀਆਂ ਗੱਲਾਂ ਸੁਣੀਆਂ ਅਤੇ ਸਮਝੀਆਂ, ਪਰ ਚੰਗੀ ਤਰ੍ਹਾਂ ਨਹੀਂ। ਇਹ ਬਹਿਸਾਂ ਕਰਨ ਵਾਲੇ ਅਖਬਾਰਾਂ 'ਤੇ ਰਸਾਲੇ ਵੀ ਪੜ੍ਹਦੇ ਸੀ, ਬਾਹਰੋਂ ਆਏ ਵਰਕਰਾਂ ਨੂੰ ਵੀ ਮਿਲਦੇ ਸੀ, ਗੱਡੀਆਂ 'ਤੇ, ਹੱਟੀਆਂ 'ਤੇ, ਸਟੇਸ਼ਨਾਂ 'ਤੇ, ਸੜਕਾਂ 'ਤੇ ਇਹੋ ਹੀ ਗੱਲਾਂ ਕਰਦੇ ਅਤੇ ਸੁਣਦੇ ਸੀ। ਖੱਤਰੀ ਅਤੇ ਕਮੀਨ ਵੀ ਇਹਨਾਂ ਬਹਿਸਾਂ ਵਿੱਚ ਨਾਲ ਰਲ ਜਾਂਦੇ, ਤਾਂ ਫਿਰ ਇਹ ਲੋਕ ਟੱਪ ਥੱਲੇ ਭੋਈਆਂ ਆਪਣੀ ਮੰਜੀ 'ਤੇ ਬਹਿਣ ਦੀ ਥਾਂ ਬਹਿਸ ਕਰਦੇ ਜੱਟਾਂ ਦੇ ਨਾਲ ਹੀ ਤਖ਼ਤ ਪੋਸ਼ 'ਤੇ ਮੰਜੀ 'ਤੇ ਬੈਠ ਜਾਂਦੇ। ਕਈ ਵਾਰੀ ਤਾਂ ਇਹ ਕਮੀਨ ਬਹਿਸ ਵਿੱਚ ਕਿਸੇ ਜੱਟ ਨੂੰ ਹੌਲਿਆਂ ਕਰ ਦਿੰਦੇ। ਆਲਾ ਸਿੰਘ ਲਈ ਇੱਕ ਕਲਯੁੱਗ ਦੀ ਝਾਕੀ ਹੁੰਦੀ। ਉਹ ਹੈਰਾਨ ਸੀ ਕਿ ਉਹ ਜੱਟ ਇਸ ਕੰਮ ਤੋਂ ਹਟ ਕਿਉਂ ਨਹੀਂ ਸੀ ਜਾਂਦਾ। ਆਲਾ ਸਿੰਘ ਦਾ ਕਦੇ ਕਿਸੇ ਨੇ ਨਿਰਾਦਰ ਨਹੀਂ ਸੀ ਕੀਤਾ ਅਤੇ ਨਾ ਕਦੇ ਕਿਸੇ ਉਸ ਦੀ ਗੱਲ ਟੋਕੀ ਸੀ, ਪਰ ਉਸਦਾ ਮਨ ਅਤੇ ਇਹ ਗੁੰਝਲਾਂ ਵੱਲ ਆਉਂਦਾ ਹੀ ਨਹੀਂ ਸੀ ਅਤੇ ਨਾ ਹੀ ਉਹ ਕੁਝ ਕਹਿ ਸਕਦਾ ਸੀ। ਆਪਣੇ ਹੱਥੀਂ ਛਿਤਾਏ ਟੱਪ ਹੇਠ ਉਹ ਇਸ ਤਰ੍ਹਾਂ ਬੈਠਾ ਰਹਿੰਦਾ ਜਿਵੇਂ ਕਿਸੇ ਮੌਜੀ ਰਾਜੇ ਨੇ ਆਪਣੀ ਰਿਆਸਤ ਦੇ ਹਾਈ ਕੋਰਟ ਜੱਜ ਨੂੰ ਸਿਵਲ ਸਰਜਨ ਬਣਾ ਕੇ ਕਿਸੇ ਹਸਪਤਾਲ ਵਿੱਚ ਬਿਠਾ ਦਿੱਤਾ ਹੋਵੇ ਅਤੇ ਉਸਨੂੰ ਪਤਾ ਹੀ ਨਾ ਹੋਵੇ ਕਿ ਉਹਨੇ ਕੀ ਕਰਨਾ ਹੈ। ਅੱਜ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਅਸੀਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਉਜਾੜ ਦੇ ਪਾਤਰ ਆਲਾ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ ਜੀ। ਦੱਸ ਰਿਹਾ ਸੀ ਕਿ ਪਿੰਡ ਵਿੱਚ ਕਮਿਊਨਿਸਟਾਂ ਦੇ ਜਲਸੇ ਹੁੰਦੇ, ਕਮਿਊਨਿਸਟ ਲੀਡਰ ਥਾਣੇਦਾਰਾਂ ਅਤੇ ਪੁਲਿਸ ਕਪਤਾਨਾਂ ਨੂੰ ਉਹਨਾਂ ਦੇ ਮੂੰਹ 'ਤੇ ਸਿੱਧੀਆਂ ਸਿੱਧੀਆਂ ਸੁਣਾਉਂਦੇ, ਤੁਸੀਂ ਨਿੱਕੇ ਨਿੱਕੇ ਹਿਟਲਰ 'ਤੇ ਟੋਜੇ ਹੋ, ਅਸਾਂ ਉਹਨਾਂ ਦਾ ਰਾਜ ਖਤਮ ਕਰ ਦਿੱਤਾ ਹੈ, ਤੁਹਾਡਾ ਰਾਜ ਵਧੇਰਾ ਚਿਰ ਨਹੀਂ ਟਿਕ ਸਕਦਾ।
ਜਾਂ ਪੁਲਿਸ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਰੋਟੀਆਂ ਨਾਲ ਬੰਨ ਕੇ ਲਿਆਇਆ ਕਰਨ। ਜੱਟਾਂ ਦੇ ਘਰੋਂ ਰੋਟੀਆਂ ਖਾਣ ਦਾ ਉਹਨਾਂ ਨੂੰ ਕੋਈ ਹੱਕ ਨਹੀਂ। ਜਦੋਂ ਕਮਿਊਨਿਸਟ ਮੁੰਡੇ ਪੁਲਿਸ ਨੂੰ ਸਿੱਧੀਆਂ ਸੁਣਾਉਂਦੇ ਤਾਂ ਆਲਾ ਸਿੰਘ ਸੋਚਦਾ ਕਿ ਉਹ ਟੋਡੀ ਨਹੀਂ ਸੀ, ਮੁਰੱਬੇ ਮਿਲਣ ਵੇਲੇ ਉਸ ਮੁਰੱਬਾ ਲੈਣ ਤੋਂ ਵੀ ਨਾਂਹ ਕਰ ਦਿੱਤੀ ਸੀ। ਉਹ ਸਾਹਿਬ ਦੇ ਤਰਲੇ ਨਹੀਂ ਸੀ ਪਾਉਣਾ ਚਾਹੁੰਦਾ, ਪਰ ਇਹੋ ਜਿਹੀਆਂ ਗੱਲਾਂ ਉਸਦੇ ਮੂੰਹੋਂ ਨਿਕਲ ਨਹੀਂ ਸੀ ਸਕਦੀਆਂ। ਉਹ ਉਸ ਵੱਲ ਦੇਖੇ ਬਿਨਾਂ ਜਦੋਂ ਨੰਬਰ ਜਾਂਦਾ ਜ਼ੈਲਦਾਰ ਵਿਰੁੱਧ ਆਪਣੀ ਗੱਲ ਕਰਨਾ ਵੀ ਜ਼ੁਲਮ ਸਮਝਦਾ ਸੀ। ਉਹ ਇਹਨਾਂ ਗੱਲਾਂ 'ਤੇ ਤਾਲੀ ਨਹੀਂ ਸੀ ਵਜਾ ਸਕਦਾ, ਡਰ ਤੋਂ ਨਹੀਂ, ਇਸ ਲਈ ਕਿ ਉਸਦੇ ਦਿਲ ਦੀਆਂ ਆਵਾਜ਼ਾਂ ਨਹੀਂ ਸੀ। ਪਰ ਉਹ ਇਹ ਵੀ ਅਨੁਭਵ ਕਰ ਲੈਂਦਾ ਕਿ ਉਹ ਹੁਣ ਮੋਹਰਲੀ ਪਾਲ ਵਿੱਚ ਨਹੀਂ ਖਲੋਤਾ ਸੀ, ਉਸਦੇ ਅੱਗੇ ਹੋਰ ਕੋਈ ਲੋਕ ਸਨ ਅਤੇ ਉਹ ਭੱਜ ਕੇ ਉਹਨਾਂ ਨੂੰ ਨਹੀਂ ਮਿਲ ਸਕਦਾ ਸੀ। ਕਮਿਊਨਿਸਟ ਮੁੰਡੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਪਤਾਨਾਂ ਨੂੰ ਮਿਲਦੇ ਅਤੇ ਧੰਨਵਾਦੀ ਹੋਣ ਦੀ ਥਾਂ ਉਹਨਾਂ ਨਾਲ ਹੋਈ ਗੱਲਬਾਤ ਉੱਤੇ ਖੁੱਲ੍ਹੇ ਜਲਸਿਆਂ ਵਿੱਚ ਨੁਕਤਾਚੀਨੀ ਕਰਦੇ। ਸਰਕਾਰ ਦੇ ਬਾਰੇ ਇਹ ਲੋਕ ਇਸ ਤਰ੍ਹਾਂ ਗੱਲਾਂ ਕਰਦੇ ਜਿਵੇਂ ਕਿਸੇ ਨਾਲ ਦੇ ਪਿੰਡ ਦੀ ਪਰਾਂ ਵਿੱਚ ਬੈਠੇ ਹੁੰਦੇ। ਕਈ ਫੌਜੀ ਮੁੜ ਕੇ ਪਿੰਡ ਆ ਰਹੇ ਹੁੰਦੇ, ਆਜ਼ਾਦ ਹਿੰਦ ਫੌਜ ਦੇ ਅਤੇ ਹੋਰ ਕਈ ਦੂਜੇ ਰਾਜ ਉਲਟਾਉਣ ਦੇ ਸੁਪਨੇ ਦੇਖਣ ਵਾਲੇ, ਆਜ਼ਾਦ ਦੇਸ਼ਾਂ ਵਿੱਚ ਬੰਦਿਆਂ ਵਿੱਚ ਫਿਰਨ ਵਾਲੇ। ਇਹਨਾਂ ਫੌਜੀਆਂ ਨੇ ਜਰਨੈਲ ਵੇਖੇ, ਬਾਦਸ਼ਾਹ ਵੇਖੇ, ਬੰਦੂਕਾਂ, ਤੋਪਾਂ, ਮਸ਼ੀਨ ਗੰਨਾਂ ਚਲਾਉਣੀਆਂ ਸਿੱਖੀਆਂ, ਮੋਟਰਾਂ 'ਤੇ ਟੈਂਕ ਚਲਾਉਣੇ ਸਿੱਖੇ, ਅੰਗਰੇਜ਼ ਵੇਖੇ, ਅਮਰੀਕਨ ਵੇਖੇ, ਹਬਸ਼ੀ ਵੇਖੇ, ਇਟਾਲੀਆ ਨੂੰ ਕੈਦ ਰੱਖਿਆ, ਇਰਾਨ, ਮਿਸਰ, ਇਟਲੀ, ਫਰਾਂਸ ਅਤੇ ਇੰਗਲਿਸਤਾਨ ਵਿੱਚ ਉਹ ਗਏ। ਕਿੰਨੀਆਂ ਕੌਮਾਂ ਲਈ ਉਹ ਉਮੈਦਾ ਬਣੇ ਰਹੇ। ਆਲਾ ਸਿੰਘ ਨੂੰ ਆਖਰ ਉਹ ਕਿੱਡਾ ਕੁ ਵੱਡਾ ਬੰਦਾ ਸਮਝ ਸਕਦੇ ਸੀ? ਇੱਕ ਕਵੀ ਮੁੰਡੇ ਨੇ ਦੂਰੋਂ ਜਲਸਿਆਂ 'ਤੇ ਸੱਦੇ ਆਉਂਦੇ, ਵੱਡੇ ਵੱਡੇ ਅਖਬਾਰੀ ਲੋਕਾਂ ਨਾਲ ਉਹਦਾ ਮੇਲ ਮਿਲਾਪ ਸੀ। ਇਹਨਾਂ ਮੁਲਾਕਾਤਾਂ ਦੀਆਂ ਗੱਲਾਂ ਉਹ ਜਲਸਿਆਂ ਤੋਂ ਆ ਕੇ ਸੁਣਾਉਂਦਾ ਅਤੇ ਲੋਕ ਉਸ ਮੁੰਡੇ ਦੀਆਂ ਗੱਲਾਂ ਬੜੇ ਗੌਰ ਨਾਲ ਸੁਣਦੇ। ਇਹ ਸਭ ਕੁਝ ਦੇ ਸਾਹਮਣੇ ਆਲਾ ਸਿੰਘ ਲੜਖੜਾ ਜਾਂਦਾ। ਪ੍ਰਾਈਮ ਏਸ਼ੀਆ ਟੀਵੀ ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ ਯੂਟਿਊਬ 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਅੱਜ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਅਸੀਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਉਜਾੜ ਦੇ ਪਾਤਰ ਆਲਾ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ, ਜਿਹੜਾ ਪਿੰਡ ਵਿੱਚ ਪੈਦਾ ਹੋਈ ਪੜ੍ਹੀ ਲਿਖੀ ਨਵੀਂ ਪੀੜ੍ਹੀ ਦੀਆਂ ਗੱਲਾਂ ਸੁਣ ਕੇ ਲੜਖੜਾ ਜਾਂਦਾ ਸੀ। ਪਿੰਡ ਵਿੱਚ ਸਭ ਤੋਂ ਉੱਚੀ ਥਾਂ ਤੋਂ ਬਿਨਾਂ ਉਹ ਹੋਰ ਕੋਈ ਥਾਂ ਨਹੀਂ ਸੀ ਵੇਖੀ ਅਤੇ ਇਸ ਥਾਂ ਤੋਂ ਬਿਨਾਂ ਹੋਰ ਕੋਈ ਥਾਂ ਉਹ ਕਬੂਲਣ ਲਈ ਤਿਆਰ ਵੀ ਨਹੀਂ ਸੀ। ਜਦੋਂ ਉਹ ਟੱਪ ਥੱਲੇ ਆ ਕੇ ਬਹਿੰਦਾ ਤਾਂ ਲੋਕਾਂ ਦੇ ਧਿਆਨ ਖਿੱਚਣ ਲਈ ਕਈ ਗੀਟੇ ਆਪਣੀ ਗੁੱਥਲੀ ਵਿੱਚੋਂ ਕੱਢਦਾ, ਨੇੜੇ ਤੇੜੇ ਦੇ ਵੱਡੇ ਪੀਰਾਂ ਫਕੀਰਾਂ ਦੀਆਂ ਗੱਲਾਂ ਸੁਣਾਉਂਦਾ। ਪੀਰ ਬਹਾਰ ਸ਼ਾਹ ਤੋਂ ਅਸਲੋ ਮਸਤਾਨਾ ਸੀ। ਮੇਰੀ ਇੱਕ ਮੱਝ ਨੂੰ ਘੋਟੂ ਪਿਆ, ਬੜੀ ਮੱਝ ਸੀ ਉਹ, ਇਹਨਾਂ ਵੱਟੂਆਂ ਤੋਂ ਲਈ ਸੀ ਮੈਂ ਲੜ ਝਗੜ ਕੇ, ਡੰਗਰ ਨਹੀਂ ਸਾਂ ਇਹ ਸਹੁਰੇ ਹੱਥੋਂ ਛੱਡਦੇ, ਲੇਖਾ ਭਾਵੇਂ ਕਿੰਨਾ ਦਈਏ। ਉਸ ਮੱਝ ਨੂੰ ਘੋਟੂ ਪਿਆ ਅਤੇ ਮੈਂ ਖੀਰ ਸੁੱਖੀ, ਮੱਝ ਬਚ ਗਈ, ਰੱਬੋਂ ਹੀ ਬਚੀ ਰਹੀ। ਬਹਾਰ ਸ਼ਾਹ ਵਿਚਾਰੇ ਉੱਥੇ ਕੀ ਕਰਨਾ ਸੀ? ਲਓ ਜੀ, ਮੈਂ ਉਹ ਖੀਰ ਲੈ ਕੇ ਗਿਆ ਅਤੇ ਇੱਕ ਥੜੇ ਜਿਹੇ 'ਤੇ ਬੈਠਾ ਹੋਇਆ, ਪਰ ਮੈਂ ਫਿਰ ਨੰਗਾ ਹੀ ਬੈਠਾ ਰਿਹਾ ਉੱਥੇ ਅਤੇ ਕਦੀ ਕੋਈ ਹੋਰ ਅਨੋਖੀ ਜਿਹੀ ਗੱਲ ਹੈ ਤੁਰਦਾ। ਆਲਾ ਸਿੰਘ, ਇਹ ਜਿਹੜੇ ਅੰਗਰੇਜ਼ ਨੇ ਇਹ ਬੜੀ ਤਾੜ ਵਾਲੇ ਬੰਦੇ ਹੁੰਦੇ ਨੇ, ਨੁਹਾਰ ਦੀ ਬੜੀ ਸਿਆਣ ਰੱਖਦੇ ਨੇ। ਇੱਕ ਬੰਦੋਬਸਤ ਵਾਲਾ ਸਾਹਿਬ ਸੀ ਪੁਰਾਣਾ, ਅਤੇ ਕਿਧਰੇ ਬਾਪੂ ਹੁਣਾਂ ਦੇ ਵੇਲੇ ਇੱਧਰ ਆ ਗਿਆ, ਅਮਰ ਸਿੰਘ ਦੀ ਰੱਖ ਵਿੱਚ ਸ਼ਿਕਾਰ ਖੇਡਦਾ ਮੈਨੂੰ ਟੱਕਰ ਗਿਆ, ਅਜੇ ਕਾਲੀ ਦਾੜੀ ਸੀ ਮੇਰੀ ਉਦੋਂ, ਚੱਟਾਂ ਦਾ, ਓਏ ਤੂੰ ਨੱਥਾ ਸਿੰਘ ਕਾ ਲੜਕਾ ਹੈ? ਮੈਂ ਆਖਿਆ ਜੀ ਆਹੋ, ਉਹ ਮੇਰਾ ਬਾਪ ਹੈ। ਕਦੀ ਉਹ ਪਿੰਡ ਦੇ ਮੁੰਡਿਆਂ ਦੇ ਦਾਦਿਆਂ ਪੜਦਾਦਿਆਂ ਦੇ ਘੋਲਾਂ ਅਤੇ ਦੌੜਾਂ ਦੇ ਮੁਕਾਬਲੇ ਜਾਂ ਭੱਠੀਆਂ ਅਤੇ ਖਰਲਾਂ ਦੀ ਵੱਡੀ ਲੜਾਈ ਦੀਆਂ ਗੱਲਾਂ ਛੇੜ ਲੈਂਦਾ। ਗੱਲਬਾਤ ਵਿੱਚ ਉਹ ਸਾਰੇ ਪਿੰਡ ਵਿੱਚੋਂ ਸੁਚੱਜਾ ਸੀ। ਗੱਲਾਂ ਅੰਤ ਮੁੱਕ ਜਾਂਦੀਆਂ, ਥੋੜ੍ਹੀ ਦੇਰ ਰਸ ਰਹਿੰਦਾ ਅਤੇ ਫਿਰ ਕਾਵਾਂ ਰੌਲੀ ਪੈ ਜਾਂਦੀ ਅਤੇ ਇਸ ਕਾਵਾਂ ਰੌਲੀ ਵਿੱਚ ਆਲਾ ਸਿੰਘ ਦੀ ਸ਼ਖਸੀਅਤ ਫਿਰ ਗਵਾ ਜਾਂਦੀ। ਇੱਕ ਦਿਨ ਇੱਕ ਵੱਡਾ ਸਾਰਾ ਇਨਾਮੀ ਘੋੜਾ ਆਲਾ ਸਿੰਘ ਮੁੱਲ ਲੈ ਆਇਆ। ਨੇੜੇ ਤੇੜੇ ਦੇ ਸਾਰੇ ਚੰਗੇ ਘੋੜੀਆਂ ਘੋੜੇ ਉਸ ਮੁਕਾਬਲੇ ਲਈ ਵਿਸਾਖੀ ਦੇ ਮੇਲੇ 'ਤੇ ਸੱਦੇ ਹਰਾ ਦਿੱਤੇ। ਭੱਜਣ ਵਿੱਚ, ਨਿਜ਼ੇ ਅਤੇ ਭੁੰਬਰ ਵਿੱਚ ਆਲਾ ਸਿੰਘ ਦੀ ਹਵੇਲੀ 'ਤੇ ਘੋੜਾ ਵੇਖਣ ਵਾਲਿਆਂ ਦਾ ਮੇਲਾ ਲੱਗਾ ਰਹਿੰਦਾ। ਉਹ ਵੀ ਘੋੜੇ ਨੂੰ ਲੋੜ ਤੋਂ ਵੱਧ ਸੰਗਲ ਪਛਾੜੀਆਂ ਪਾਈ ਰੱਖਦਾ, ਆਏ ਗਏ ਨੂੰ ਰੋਟੀ ਪਾਣੀ ਦਿੰਦਾ ਅਤੇ ਘੋੜੇ ਦੀਆਂ ਗੱਲਾਂ ਸੁਣਾਉਂਦਾ। ਇੱਕ ਵਾਰ ਇੱਕ ਅੜੀ ਘੋੜਾ ਜੱਟ ਵੀ ਆਪਣੀ ਘੋੜੀ ਭਜਾਉਣ ਲਈ ਉੱਥੇ ਲੈ ਆਇਆ। ਆਖੇ, ਜਾਂ ਘੋੜੀ ਦੇ ਦੇਣੀ ਆ ਜਾਂ ਘੋੜਾ ਲੈ ਲੈਣਾ। ਦੌੜ ਹੋਈ, ਘੋੜੀ ਹਾਰ ਗਈ। ਘੋੜੀ ਵਾਲੇ ਜੱਟ ਨੇ ਘੋੜੀ ਆਲਾ ਸਿੰਘ ਦੀ ਖੁਰਲੀ 'ਤੇ ਬੰਨ੍ਹ ਦਿੱਤੀ।
ਸਾਰੀ ਭੀੜ ਦੇ ਸਾਹਮਣੇ ਆਲਾ ਸਿੰਘ ਨੇ ਉਸਦੇ ਮੋਢੇ 'ਤੇ ਹੱਥ ਧਰ ਕੇ ਆਖਿਆ, ਗੱਲ ਸੁਣ ਭਰਾਵਾ, ਇਹ ਖੁਰਲੀ ਵੀ ਤੇਰੀ, ਕਿੱਲੀ ਵੀ ਤੇਰੇ, ਜਾਂ ਤਾਂ ਘੋੜੀ ਬੱਧੀ ਆਪਣੀ ਕਰਕੇ ਜਾਂ ਜੰਮ ਜੰਮ ਬੰਨ, ਪਰ ਜੇ ਮੇਰੇ ਕਰਕੇ ਬੱਧੀ ਆ ਤਾਂ ਹੁਣੇ ਖੋਲ੍ਹ ਕੇ ਲੈ ਜਾ, ਮੈਨੂੰ ਤੇਰੀ ਘੋੜੀ ਦਾ ਕੋਈ, ਮੈਂ ਕੁਛ ਨਹੀਂ ਕਰਨਾ, ਮੈਂ ਕੋਈ ਵਪਾਰੀ ਥੋੜ੍ਹੀ ਨਾ ਹੈਗਾ, ਮੈਂ ਕਿਹੜਾ ਵਪਾਰ ਕਰਨਾ, ਮੈਨੂੰ ਤਾਂ ਇਹ ਮੇਰਾ ਆਪਣਾ ਹੀ ਬੜਾ ਹੈ ਘੋੜਾ, ਕਰਮਾਂ ਵਾਲਾ, ਇਹੋ ਹੀ ਘੋੜਾ ਬਸ ਜਿਉਂਦਾ ਰਹੇ। ਹਰ ਪਾਸਿਓਂ ਆਲਾ ਸਿੰਘ ਦੀ ਵਾਹ ਵਾਹ ਹੋਈ। ਅੱਜ ਦੇ ਪ੍ਰਾਈਮ ਜ਼ਿੰਦਗੀ ਪ੍ਰੋਗਰਾਮ ਵਿੱਚ ਅਸੀਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਉਜਾੜ ਦੇ ਪਾਤਰ ਆਲਾ ਸਿੰਘ ਬਾਰੇ ਗੱਲਬਾਤ ਕਰ ਰਹੇ ਹਾਂ, ਜਿਹੜਾ ਹੁਣ ਪਿੰਡ ਵਿੱਚ ਆਪਣੇ ਆਪ ਨੂੰ ਨਵੀਂ ਪੀੜ੍ਹੀ ਦੇ ਬਦਲਦੇ ਵਿਹਾਰ ਸਾਹਮਣੇ ਅਣਗੌਲਿਆ ਅਣਗੌਲਿਆ ਮਹਿਸੂਸ ਕਰਦਾ ਸੀ। ਇਸ ਪਿੰਡ ਨੂੰ ਬੰਨਣ ਵਾਲਾ ਆਲਾ ਸਿੰਘ ਇੰਝ ਆਪਣੇ ਹੀ ਪਿੰਡ ਅੱਗੇ ਹੌਲਾ ਅਤੇ ਬੇਅਰਥ ਬਣਦਾ ਜਾਵੇਗਾ। ਇਸ ਦਾ ਉਸਨੂੰ ਅੰਦਰੋਂ ਬੜਾ ਦੁੱਖ ਸੀ ਅਤੇ ਕਦੀ ਕਦੀ ਉਹ ਆਪਣੀ ਸਰਦਾਰੀ ਦਾ ਰੋਹਬ ਪਾਉਣ ਦੀ ਕੋਸ਼ਿਸ਼ ਅਜੇ ਵੀ ਕਰਦਾ ਰਹਿੰਦਾ ਸੀ। ਅਗਲੇ ਦਿਨ ਹੀ ਡਿਸਟ੍ਰਿਕਟ ਬੋਰਡ ਦੀ ਇੱਕ ਸੀਟ ਲਈ ਮੈਂਬਰ ਖਿਲਾਰਨ ਦੀ ਗੱਲ ਹੋ ਗਈ। ਆਲਾ ਸਿੰਘ ਦੇ ਖਿਆਲ ਵਿੱਚ ਇਹ ਕੋਈ ਵਧੇਰੇ ਸੋਚਣ ਵਾਲੀ ਗੱਲ ਨਹੀਂ ਸੀ। ਉਸ ਆਖਿਆ, ਪਿਛਲੀ ਵੇਰ ਮੈਂਬਰ ਸੀ ਸ਼ੇਰੇ ਕੀ ਬਰਾਦਰੀ ਦਾ, ਐਤਕੀ ਸਾਡੀ ਟੱਲਿਕਿਆਂ ਦੀ ਵਾਰੀ ਹੈ। ਪਿੰਡ ਅਤੇ ਉਹਨਾਂ ਨਾਲੋਂ ਸਾਡੇ ਢੇਰ ਬਹੁਤੇ ਨੇ, ਪਰ ਅੱਧ ਦੇ ਦੇਣ ਸਾਨੂੰ। ਪਰ ਆਲਾ ਸਿੰਘ ਦੀ ਦਲੀਲ ਕਿਸੇ ਨੂੰ ਜਚੀ ਨਾ। ਉਹ ਪਾਰਟੀਆਂ ਦੀਆਂ ਟਿਕਟਾਂ, ਪੋਲਸੀਆਂ ਅਤੇ ਪ੍ਰੋਗਰਾਮ, ਚੌੜੇ ਅਤੇ ਸੌੜੇ ਦ੍ਰਿਸ਼ਟੀਕੋਣਾਂ ਦੀਆਂ ਗੱਲਾਂ ਕਰਨ ਲੱਗ ਪਏ। ਆਖਰ ਇਹ ਕੌਣ ਲੋਕ ਸਨ ਜੋ ਆਪਣੀ ਕੁੱਲ ਨਾਲੋਂ ਟਿਕਟ ਨੂੰ ਚੰਗਾ ਸਮਝਦੇ ਸੀ? ਪਿਛਲੇ ਦਿਨ ਦੀ ਵਾਹ ਵਾਹ ਪਿੱਛੋਂ ਇਹ ਹਾਰ ਆਲਾ ਸਿੰਘ ਨੂੰ ਚੋਖੀ ਚੁੱਭਦੀ ਸੀ। ਆਲਾ ਸਿੰਘ ਉੱਠ ਕੇ ਆਪਣੀ ਹਵੇਲੀ ਨੂੰ ਟੁਰ ਪਿਆ। ਉੱਥੇ ਮੁਰੱਬਿਆਂ ਵਾਲਾ ਮੰਗਲ ਸਿੰਘ ਆਇਆ ਹੋਇਆ ਸੀ। ਮੰਗਲ ਸਿੰਘ ਆਲਾ ਸਿੰਘ ਦਾ ਲੰਗੋਟੀਆ ਯਾਰ ਸੀ, ਪਰ ਦੂਰ ਹੋਣ ਕਰਕੇ ਦੋਵੇਂ ਘੱਟ ਵੱਧ ਹੀ ਮਿਲਦੇ ਸੀ। ਮੰਗਲ ਸਿਆਂ, ਤੈਨੂੰ ਆਖਿਆ ਸੀ ਨਾ ਆਲਣਿਓ ਡਿੱਗਾ ਬੋਟ ਮੁੜਨੀ ਵਿੱਚ ਪਿਆ, ਕਦੀ ਪਿੰਡੋਂ ਨਿਕਲ ਕੇ ਤੂੰ ਅਸਲੋ ਬੇਗਾਨਾ ਹੋ ਗਿਆ। ਆਲਾ ਸਿੰਘ ਨੇ ਉਲਾਮਾ ਦਿੱਤਾ ਅਤੇ ਫਿਰ ਹੋਰ ਗੱਲਾਂ ਹੁੰਦੀਆਂ ਰਹੀਆਂ, ਮਾਲ ਡੰਗਰ ਦੀਆਂ, ਫਸਲਾਂ ਦੀਆਂ, ਗਵਾਂਢੀ ਪਿੰਡਾਂ ਦੀਆਂ, ਗੱਡੀ ਦੀਆਂ, ਜ਼ਮੀਨ ਭੋਏ ਦੀਆਂ। ਆ ਪਿੰਡ ਚੱਲੀ ਆਲਾ ਸਿਆਂ, ਟੱਪ ਹੇਠ ਬਵਾਂਗੇ, ਝੱਟ ਕੋਈ ਗੱਲ ਕਰਾ, ਸੁਣਾਂਗੇ ਤੇਰੀ ਗੱਲਾਂ, ਮੰਗਲ ਸਿੰਘ ਨੇ ਸਲਾਹ ਦਿੱਤੀ। ਆਲਾ ਸਿੰਘ ਨੇ ਕਿਹਾ, ਪਿੰਡ 'ਤੇ ਅਸਲੀ ਖੱਚ ਹੋ ਗਿਆ ਹੈ, ਬੰਦਾ ਅਤੇ ਮੁੱਢੋਂ ਰਿਹਾ ਹੀ ਕੋਈ ਇਕਾਈ ਨਹੀਂ, ਮੰਡੀਰ 'ਤੇ ਭੂਤਰੀ ਹੋਈ ਏ ਅਤੇ ਹਰ ਵੇਲੇ ਕਾਮਰ ਵਾਲੀ ਪਾਉਂਦੀ ਰਹਿੰਦੀ ਏ, ਨਾ ਕੋਈ ਸੁਰ ਸਵਾਦ ਦੀ ਗੱਲ ਕਰਨੀ ਹੈ ਅਤੇ ਨਾ ਕੋਈ ਸੁਣਨੀ ਹੈ। ਮੈਨੂੰ ਅਤੇ ਪਿੰਡ ਨੇ ਅਸਲੋਂ ਹੀ ਉਜਾੜ ਛੱਡਿਆ ਹੈ, ਅਸਲੋਂ ਉਜਾੜ ਕਰਤਾ ਹੈ, ਮੈਂ ਨਹੀਂ ਜਾਣਾ ਉੱਥੇ। ਕੋਲ ਹੀ ਬੇਰੀ ਹੇਠ ਬੱਧਾ ਧੌਲਾ ਟੱਗਾ ਉਗਾਲੀ ਕਰ ਰਿਹਾ ਸੀ। ਉਸਦੇ ਪੱਕੇ ਹੋਏ ਕੰਨ 'ਤੇ ਇੱਕ ਕਾਂ ਚੁੰਝ ਮਾਰ ਕੇ ਲਹੂ ਕੱਢ ਰਿਹਾ ਸੀ, ਪਰ ਬੁੱਢਾ ਹੋਇਆ ਟੱਗਾ ਆਪਣੇ ਲੰਬੇ ਸਿੰਗਾਂ ਨਾਲ ਉਹਨੂੰ ਹਟਾਉਂਦਾ ਨਹੀਂ ਸੀ। ਸੜਕ 'ਤੇ ਮਲਕ ਦਾ ਨੌਕਰ ਪਿੰਡੋਂ ਅਖਬਾਰ ਲਿਆਉਣ ਲਈ ਘੋੜੀ 'ਤੇ ਚੜਿਆ ਆ ਰਿਹਾ ਸੀ। ਆਲਾ ਸਿੰਘ ਨੇ ਉਸਨੂੰ ਵੇਖਿਆ, ਪਰ ਅੱਜ ਕਵਾਇਆ ਬੁਲਾਇਆ ਨਾ। ਦੋਸਤੋ, ਲਓ ਇਹ ਸੀ ਕਹਾਣੀ ਜਿਸ ਵਿੱਚ ਪਿੰਡ ਬੰਨਣ ਵਾਲਾ ਸਭ ਤੋਂ ਵਡੇਰਾ ਆਲਾ ਸਿੰਘ ਨਵੇਂ ਜ਼ਮਾਨੇ ਦੀਆਂ ਬਦਲਦੀਆਂ ਰੌਵਾਂ ਕਰਕੇ ਆਪਣੇ ਹੀ ਪਿੰਡ ਵਿੱਚ ਬੇਗਾਨਾ ਅਤੇ ਓਪਰਾ ਜਿਹਾ ਹੋ ਕੇ ਰਹਿ ਗਿਆ ਸੀ ਅਤੇ ਆਪਣਾ ਹੀ ਪਿੰਡ ਉਹਦੇ ਲਈ ਅੱਜ ਉਜਾੜ ਬਣ ਗਿਆ ਸੀ। ਇਹ ਸੀ ਬਦਲਦੇ ਹੋਏ ਨਵੇਂ ਪੰਜਾਬ ਦਾ ਪਿੰਡ, ਜਿਸ ਨੇ ਹੌਲੀ ਹੌਲੀ ਅੱਜ ਵਰਗੇ ਨਿਰਮੋਹੇ ਹੋ ਜਾ ਰਹੇ ਪੰਜਾਬੀ ਪਿੰਡ ਵਿੱਚ ਬਦਲ ਜਾਣਾ ਸੀ। ਸੋ ਇਹਨੇ ਨਾਲੇ ਮੈਨੂੰ ਦਿਓ ਆਗਿਆ, ਖੁਸ਼ ਰਹੋ, ਆਬਾਦ ਰਹੋ ਅਤੇ ਵੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ। ਪ੍ਰਾਈਮ ਏਸ਼ੀਆ TV ਦਿਲ ਦੀਆਂ ਗਹਿਰਾਈਆਂ 'ਚੋਂ ਆਪ ਸਭ ਵੱਲੋਂ ਦਿੱਤੇ ਪਿਆਰ ਲਈ ਧੰਨਵਾਦੀ ਹੈ ਕਿ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਤੁਸੀਂ ਸਾਨੂੰ ਘਰ ਘਰ ਦੀ ਪਸੰਦ ਬਣਾ ਦਿੱਤਾ ਹੈ। ਅਜਿਹੇ 'ਚ ਅਸੀਂ ਪਹਿਲਾਂ ਨਾਲੋਂ ਵੀ ਜ਼ਿਆਦਾ ਮਿਹਨਤ ਨਾਲ ਹੋਰ ਨਵੇਂ ਪ੍ਰੋਗਰਾਮ ਲੈ ਕੇ ਆ ਰਹੇ ਹਾਂ, ਪਰ ਤੁਹਾਡੇ ਸਾਥ ਤੋਂ ਬਿਨਾਂ ਅਸੀਂ ਕੁਝ ਵੀ ਨਹੀਂ ਹਾਂ। ਸੋ YouTube 'ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਬੈੱਲ ਦਾ ਬਟਨ ਜ਼ਰੂਰ ਦਬਾਉਣਾ ਤਾਂ ਜੋ ਨਵੇਂ ਪ੍ਰੋਗਰਾਮਾਂ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਇਹਨਾਂ ਪਲੈਟਫਾਰਮਸ 'ਤੇ ਵੀ ਤੁਸੀਂ ਸਾਨੂੰ ਦੇਖ ਸਕਦੇ ਹੋ ਅਤੇ ਇਸ ਦੇ ਨਾਲ ਹੀ ਇਹਨਾਂ ਸਾਰੇ ਪਲੈਟਫਾਰਮਸ 'ਤੇ ਵੀ ਅਸੀਂ ਅਵੇਲੇਬਲ ਹਾਂ ਅਤੇ ਸਾਡਾ ਫੇਸਬੁੱਕ ਪੇਜ ਵੀ ਲਾਈਕ ਕਰਨਾ। ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।